ਕੈਸਾ ਚੜਿਆ ਮਾਂ ਤੇਰੇ ਲਾਲ ਨੇ ਤੇਰਾ ਪੱਲਾ ਫੜਿਆ ਮਾਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਕੁੰਦਨ ਸਿੰਘ ਜੀ ਪੰਚਵੜ ਵਾਲਿਆਂ ਦੀ 24ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸੰਸਰ ਸਾਹਿਬ ਪਿੰਡ ਪੰਚਵੜ ਤਰਨ ਤਾਰਨ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸੰਤ ਸਮਾਗਮ ਸੰਤ ਬਾਬਾ ਸ਼੍ਰੀਮਾਨ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਦੀਵਾਨ ਸਜਾਏ ਗਏ ਜਿਸ ਵਿੱਚ ਕਵਿਸ਼ਰੀ, ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਤੇ ਤਖ਼ਤ ਸਾਹਿਬਾਂ ਦੇ ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ, ਕਾਰ ਸੇਵਾ, ਸੇਵਾ ਪੰਥੀ, ਨਿਰਬਲ ਭੇਖ, ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਪੰਥਕ ਹਸਤੀਆਂ ਅਤੇ ਸਮੂਹ ਸੰਪਰਦਾਵਾਂ ਦੇ ਮੁਖੀ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ। ਮੰਚ ਸੰਚਾਲਨ ਦੀ ਸੇਵਾ ਭਾਈ ਹਰਪ੍ਰੀਤ ਸਿੰਘ ਨੇ ਨਿਭਾਈ। ਗੱਲਬਾਤ ਕਰਾਂਗੇ ਇਸ ਸਮਾਗਮ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਮਹਾਂਪੁਰਸ਼ਾਂ ਦੀ 24 ਬਰਸੀ, ਸੰਤ ਬਾਬਾ ਕੁੰਨਣ ਸਿੰਘ ਪੰਜਵੜ ਵਾਲਿਆਂ ਦੀ 24 ਬਰਸੀ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਅਤੇ ਸਮੂਹ ਸੰਗਤਾਂ ਦੇ 199 ਖੰਡ ਪਾਠ ਜਿਹੜੇ ਕਿ ਬਰਸੀ ਦੇ ਸੰਬੰਧ ਵਿੱਚ ਹੋਏ ਨੇ ਸਮੂਹ ਸਿੱਖ ਸੰਗਤਾਂ ਵੱਲੋਂ ਅਤੇ ਪਾਤਸ਼ਾਹ ਦੀ ਕਿਰਪਾ ਨਾਲ ਸਮੂਹ ਸਿੱਖ ਸੰਗਤਾਂ ਜਿੱਥੇ ਉਹਨਾਂ ਬਰਸੀ ਮਨਾਈ ਜਾ ਰਹੀ ਹੈ ਉੱਥੇ ਕਬੱਡੀ
ਵੀ ਕਰਵਾਈ ਜਾ ਰਹੀ ਹੈ, 65 ਸਾਲ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਵੀ ਕਬੱਡੀ ਕਰਾਈ ਜਾ ਰਹੀ ਹੈ। ਇਸ ਕਰਕੇ ਕਰਵਾਈ ਜਾ ਰਹੀ ਹੈ ਵੀ ਜਿਹੜੇ ਨਸ਼ਿਆਂ ਤੋਂ ਵੱਧ ਰਹਿਤ ਹੋਣ, ਨਸ਼ਿਆਂ ਦਾ ਤਿਆਗ ਕਰਨ, ਆਪਣੇ ਜੀਵਨ ਨੂੰ ਸਾਫ਼ ਸੁਥਰਾ ਰੱਖ ਸਕਣ ਤੇ ਨਾਮ ਬਾਣੀ ਤੇ ਬਾਣੀ ਬਾਣੇ ਨਾਲ ਜੁੜ ਕੇ ਰਹਿਣ ਤੇ ਬਾਣੀ ਦੇ ਨਾਲ ਪਿਆਰ ਰੱਖਣ। ਇਸੇ ਤਰ੍ਹਾਂ ਹੋਰ ਵੀ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ, ਜੋੜਿਆਂ ਦੀਆਂ ਸੇਵਾ ਕਰ ਰਹੀਆਂ, ਪਕੌੜਿਆਂ ਦੀ ਸੰਗਤਾਂ ਸੇਵਾ ਕਰ ਰਹੀਆਂ, ਉਹ ਵੀ ਪੰਜਵੜ ਨਗਰ ਦੀ ਸੇਵਾ ਹੈ, ਉਹ ਪੰਜਵੜ ਨਗਰ ਦੇ ਸੇਵਾ ਕਰ ਰਹੇ। ਮੱਝੂਪੁਰ ਦੇ ਸਿੰਘ ਜਿਹੜੇ ਉਹ ਛਬੀਲ ਦੀ ਸੇਵਾ ਕਰ ਰਹੇ, ਜਲ ਦੀ ਛਕਾਉਣ ਦੀ ਸੇਵਾ ਕਰ ਰਹੇ ਨੇ। ਇਹ ਜਿਹੜੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ, ਇਹ ਸਿੱਖ ਸੰਗਤਾਂ ਨੂੰ, ਗੁਰਸਿੱਖਾਂ ਨੂੰ ਬਾਣੀ ਤੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ। ਗੁਰਬਾਣੀ ਤੇ ਬਾਣੀ ਦੇ ਨਾਲ ਪਿਆਰ ਕਰਨ ਵਾਸਤੇ ਆਪਣੀ ਬਾਣੀ ਦੇ ਬਾਣੇ ਵਿੱਚ ਪਰਪੱਕ ਰਹਿਣ। ਸੁਦਾਸ ਇੰਨਾ ਕੁਝ ਕਹਿੰਦਾ, ਖਿਮਾ ਦੇ ਜਾ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੰਤ ਬਾਬਾ ਸੁਲੱਖਣ ਸਿੰਘ ਜੀ ਸਮਾਗਮ ਬਾਰੇ ਵਿਸਾਰ ਪੂਰਵਕ ਦੱਸਿਆ। ਜਥੇਦਾਰ ਰਘੁਬੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਪੂਰਨ ਸਿੰਘ ਵੇਦਾਂਤੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਹਰਮਿੰਦਰ ਸਿੰਘ ਝਾੜ ਸਾਹਿਬ ਆਦਿ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਸ ਪਰਮਾਤਮਾ ਜੀ ਨੇ ਸਾਨੂੰ ਗਿਲਚ ਦਾਤਾਂ ਦਿੱਤੀਆਂ ਨੇ, ਉਹ ਸੋਨੇ ਦੇ ਨਾਲ ਜਿਹੜਾ ਬਾਬਾ ਜੀ ਕਹਿੰਦੇ ਮੂਲ ਨਾਲ ਜੁੜੋ, ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ, ਗੁਰਮੰਤਰ ਦਾ ਜਾਪ ਕਰੋ, ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਸੱਚੇ ਪਾਤਸ਼ਾਹ ਸੁਖੀ ਦੀ ਵੇਖ ਸਾਡੇ ਘਰਾਂ ਵਿੱਚ ਤਿਆਰੀ ਭਰੀ ਰਹੇ ਔਰ ਸਾਡੇ ਬੱਚਿਆਂ ਦੀਆਂ ਕਮਾਈਆਂ ਦੀ ਬਰਕਤਾਂ ਪਾਈ, ਅਸੀਂ ਆਪਣੀ ਕਮਾਈਆਂ ਵਿੱਚੋਂ ਦਸਮੰਗ ਵੀ ਗੁਰੂ ਵਿੱਚ ਦਈਏ, ਜਿਸ ਕਰਕੇ ਸਵਾਸਾਂ ਵਿੱਚੋਂ ਵੀ ਸਮੰਗ ਦੇਣਾ, ਕਮਾਈਆਂ ਵਿੱਚੋਂ ਵੀ ਬਰਕਤਾਂ ਤੁਹਾਨੂੰ ਪੈਣਗੀਆਂ ਘਰਾਂ ਵਿੱਚ, ਜੇ ਤੁਸੀਂ ਜੱਦੀ ਵਿੱਚੋਂ ਵੀ ਨਿਸਬੰਧ ਦੇਵੋਗੇ, ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋਗੇ ਔਰ ਕਮਾਈਆਂ ਦੇ ਵਿੱਚੋਂ ਜਿਵੇਂ ਢਾਡੀ ਕਹਿ ਕੇ ਗਏ ਵੀ ਇਹ ਭਲੇ ਵਾਸਤੇ, ਪਰ ਪਰਪਕਾਰ ਵਾਸਤੇ ਮਾਇਆ ਜਿਹੜੀ ਹੈ, ਜਿਹੜੇ ਲੋਕ ਗੁਰਮੁਖ ਆਪਣੇ ਦਸਬੰਧ ਦਿੰਦੇ ਨੇ, ਸਤਿਗੁਰੂ ਮਹਾਰਾਜ ਉਹਨਾਂ ਦੇ ਕਿਸੇ ਕੋਈ ਘਾਟ ਨਹੀਂ ਰਹਿਣ ਦਿੰਦਾ, ਬਰਕਤਾਂ ਬਰਕਤਾਂ ਘਰਾਂ ਵਿੱਚ ਹੁੰਦੀਆਂ। ਬਹੁਤ ਹੀ ਘੱਟ ਐਸਾ ਸਮਾਂ ਜੀਵ ਨੂੰ ਨਸੀਬ ਹੁੰਦਾ ਜਿਸ ਘੜੀ ਉਹ ਸੰਗਤ ਵਿੱਚ ਬਹਿ ਕੇ ਤੇ ਪਰਮਾਤਮਾ ਦੀ ਸਿਫਤ ਸਲਾਹ ਕਰੇ। ਸਮਾਂ ਤਾਂ ਸਾਡੇ ਕੋਲ ਬਹੁਤ ਹੈ, ਪਰ ਅਸੀਂ ਆਪਣੇ ਜੀਵਨ ਦਾ ਬਹੁਤਾ ਸਮਾਂ ਸੰਸਾਰਕ ਧੰਦਿਆਂ ਵਿੱਚ ਜਾਂ ਹੋਰ ਕਈ ਕਰਮਾਂ ਦੇ ਵਿੱਚ ਗੁਜ਼ਾਰ ਕੇ ਸੰਸਾਰ ਤੋਂ ਚਲੇ ਜਾਂਦੇ ਹਾਂ। ਇੱਕ ਬਹੁਤ ਹੀ ਐਸੇ ਵੇਲੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਹੋਇਆ ਕਰਦੇ ਨੇ ਜੋ ਸੰਸਾਰ ਤੋਂ ਆਪਣੇ ਜੀਵਨ ਨੂੰ, ਆਪਣੇ ਸਮੇਂ ਨੂੰ ਸਫਲਾ ਕਰਕੇ ਜਾਂਦੇ ਨੇ। ਜੀਵਨ ਇੱਕ ਯਾਤਰਾ ਹੈ ਔਰ ਜੀਵ ਇੱਕ ਯਾਤਰੀ ਹੈ। ਇਸ ਬਰਸੀ ਸਮਾਗਮ ਵਿੱਚ ਹੋਰ ਵੀ ਸੰਤ ਮਹਾਂਪੁਰਸ਼ ਜਿਹੜੇ ਨੇ ਦੂਰ ਦਰਾਡੇ ਇਲਾਕੇ ਤੋਂ ਪੁੱਜੇ ਨੇ, ਮੀਰਾਕੋਟ ਵਾਲੇ ਗਿਆਨੀ ਗੋਪਾਲ ਸਿੰਘ ਜੀ ਮੀਰਾਕੋਟ ਵਾਲੇ ਇੱਥੇ ਪੁੱਜੇ ਨੇ ਤੇ ਸੰਤਾਂ ਦੇ ਦਰਸ਼ਨ ਕਰ ਰਹੇ ਨੇ, ਗੱਲਬਾਤ ਕਰਾਂਗੇ ਜੀ। ਜਿੱਥੋਂ ਦੀ ਨਦੀ ਲੰਘਦੀ ਹੈ ਆਪਣੇ ਪਿੱਛੇ ਆਪਣੇ ਨਿਸ਼ਾਨ ਛੱਡ ਜਾਂਦੀ ਹੈ, ਜਿੱਥੋਂ ਦੀ ਹਨੇਰੀ ਲੰਘਦੀ ਹੈ ਆਪਣੇ ਪਿੱਛੇ ਆਪਣੀਆਂ ਪੈਰਾਂ ਛੱਡ ਜਾਂਦੀ ਹੈ, ਜਿੱਥੋਂ ਦੀ ਕੋਈ ਚੋਰ ਕਾਤਲ ਡਕੈਤ ਲੰਘਦਾ ਉਹ ਵੀ ਆਪਣੇ ਪਿੱਛੇ ਆਪਣੀਆਂ ਪੈਰਾਂ ਛੱਡਦਾ, ਜਿੱਥੋਂ ਦੀ ਕੋਈ ਸੰਤ ਲੰਘਦਾ, ਗੁਰਮੁਖ ਲੰਘਦਾ, ਬ੍ਰਹਮ ਗਿਆਨੀ ਲੰਘਦਾ ਉਹ ਵੀ ਆਪਣੇ ਨਿਸ਼ਾਨ ਆਪਣੇ ਪਿੱਛੇ ਛੱਡ ਜਾਂਦਾ, ਜਿੱਥੋਂ ਦੀ ਨਦੀ ਲੰਘੀ ਹੈ ਉਹਦੇ ਨਿਸ਼ਾਨ ਮਿਟ ਜਾਂਦੇ ਨੇ, ਹਨੇਰੀ ਲੰਘੀ ਹੈ ਉਹਦੇ ਨਿਸ਼ਾਨ ਮਿਟ ਜਾਂਦੇ ਨੇ, ਜਿੱਥੋਂ ਦੀ ਕੋਈ ਚੋਰ ਡਕੈਤ ਲੰਘਦੇ ਨਾਲੋਂ ਨਾਲ ਨਿਸ਼ਾਨ ਮਿਟਾਈ ਜਾਂਦੇ ਨੇ, ਪਰ ਜਿੱਥੋਂ ਦੀ ਕੋਈ ਬਾਬਾ ਕੁੰਨਰ ਸਿੰਘ ਜੈਸਾ, ਬਾਬਾ ਸੁਲੱਖਣ ਸਿੰਘ ਜੈਸਾ
ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਵਰਗਾ ਮਹਾਂਪੁਰਖ, ਬਾਬਾ ਵੀਰ ਸਿੰਘ ਜੀ ਵਰਗਾ, ਐਸੇ ਜਿਹੜੇ ਮਹਾਂਪੁਰਖ ਨੇ ਜਿੱਥੋਂ ਦੀ ਲੰਘ ਜਾਂਦੇ ਨੇ ਉਹਨਾਂ ਦੇ ਨਿਸ਼ਾਨ ਕਦੇ ਨਹੀਂ ਮਿਟਦੇ, ਉਹ ਅਮਰ ਰਹਿੰਦੇ ਹਨ। ਤੇ ਜਿਨ੍ਹਾਂ ਦੀ ਯਾਦ ਵਿਚ ਬੈਠੇ ਆ, ਬਾਬਾ ਕੁੰਨਣ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੁਆਰਾ ਸਾਰੀ ਮਨੁੱਖਤਾ ਨੂੰ ਏਕਤਾ ਦਾ ਉਪਦੇਸ਼ ਦਿੱਤਾ ਔਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਤੇ ਕੁਰੀਤੀਆਂ ਤੋਂ ਬਚਾਇਆ, ਗੁਰੂ ਨਾਲ ਜੋੜਿਆ, ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਸੰਤ ਬਾਬਾ ਸੁਲੱਖਣ ਸਿੰਘ ਜੀ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਉਹਨਾਂ ਦੀਆਂ ਯਾਦਾਂ ਮਨਾ ਰਹੇ ਨੇ। ਤੇ ਸੰਤ ਦਾ ਜਿਹੜਾ ਜੀਵਨ ਹੈ ਉਹ ਐਸਾ ਹੈ ਜੈਸੇ ਨਦੀਆਂ ਆਪਣਾ ਪਾਣੀ ਆਪ ਨਹੀਂ ਪੀਂਦੀਆਂ, ਜਿਹੜੇ ਵਰਸ਼ ਵਿਰਸ਼ ਨੇ ਆਪਣਾ ਫਲ ਆਪ ਨਹੀਂ ਖਾਂਦੇ, ਜੋ ਕੁਝ ਉਹਨਾਂ ਕੋਲ ਹੈ ਲੋਕਾਂ ਦੀ ਭਲਾਈ ਵਾਸਤੇ ਆ, ਇਸੇ ਤਰ੍ਹਾਂ ਜੋ ਕੁਝ ਸੰਤ ਕੋਲ ਆਏਗਾ ਗੁਰਮੁਖ ਕੋਲ ਆਏਗਾ ਉਹ ਪਰਉਪਕਾਰ ਲਈ ਖਰਚ ਹੁੰਦਾ ਰਹਿੰਦਾ। ਬਾਬਾ ਮੋਹਦਾਸ ਜੀ ਸਾਡੇ ਨਾਲ ਨੇ, ਅੱਜ ਇਸ ਬਰਸੀ ਸਮਾਗਮ ਵਿਚ ਉਚੇਚੇ ਤੌਰ ਤੇ ਪੁੱਜੇ ਨੇ ਜੀ, ਕੀ ਕਹਿਣਾ ਚਾਹੋ? ਮਹਾਂਪੁਰਖਾਂ ਦੀ ਬਰਸੀ ਆਏ ਜੀ, ਸੰਗਤਾਂ ਗੁਰੂ ਦੇ ਜਸ ਸੁਣਨ, ਲਾਭ ਉਠਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਬਾਬਾ? ਅੱਜ ਸੰਤ ਮਹਾਂਪੁਰਖ ਸੰਤ ਬਾਬਾ ਕੁੰਦਰਨ ਸਿੰਘ ਜੀ ਦੀ 24ਵੀਂ ਬਰਸੀ ਦੀ ਦੇ ਸਮਾਗਮ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਸੁਲੱਖਣ ਜੀ ਜਿਹੜੇ ਉਹਨਾਂ ਦੇ ਸ਼ਿਸ਼ ਨੇ, ਉਹਨਾਂ ਵੱਲੋਂ ਇੱਕ ਸੰਸਾਰ ਨੂੰ ਆਵਾਜ਼ ਦੇਣ ਵਾਸਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਬੇਅੰਤ ਅਕੋਤਰੀ ਦੇ ਅਖੰਡ ਪਾਠ ਹੋਏ ਨੇ ਜੋ ਪਰਸੋਂ ਤੋਂ ਆਰੰਭ ਸਨ। ਸੋ ਮਹਾਂਪੁਰਖਾਂ ਦਾ ਇੱਕੋ ਹੀ ਲਕਸ਼ ਹੈ, ਇਹ ਸੰਸਾਰ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕੇ, ਅਤੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ, ਅਤੇ ਨੌਜਵਾਨੀ ਨੂੰ ਸੰਭਾਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਅੰਮ੍ਰਿਤ ਦੀ ਦਾਤ, ਅੰਮ੍ਰਿਤ ਜੋ ਛਕਾਉਣ ਦਾ ਉਪਰਾਲਾ ਮਹਾਂਪੁਰਖਾਂ ਵੱਲੋਂ ਇਹ ਚੱਲ ਰਿਹਾ ਹੈ, ਇਹ ਉਪਦੇਸ਼ ਹੈ ਮਹਾਂਪੁਰਖਾਂ ਦਾ। ਅਤੇ ਮਹਾਂਪੁਰਖਾਂ ਦੀਆਂ ਜਿਹੜੀਆਂ ਬਰਸੀਆਂ ਹੁੰਦੀਆਂ ਨੇ, ਜੋ ਸਮਾਗਮ ਹੁੰਦੇ ਨੇ, ਕੇਵਲ ਤੇ ਕੇਵਲ ਉਹ ਸੰਸਾਰ ਦੇ ਭਲੇ ਵਾਸਤੇ ਹੋਇਆ ਕਰਦੇ ਨੇ, ਨਾ ਕਿ ਮਹਾਂਪੁਰਖਾਂ ਦੇ ਕੱਲਿਆਂ ਵਾਸਤੇ ਹੁੰਦੇ ਨੇ। ਉਹ ਸਮਾਗਮ ਜਿਹੜਾ ਇਹ ਹੋ ਰਿਹਾ ਸੰਤ ਬਾਬਾ ਕੁੰਦਰ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ, ਇਹ ਸੰਸਾਰ ਦੇ ਇਲਾਕੇ ਦੇ ਭਲੇ ਦੇ ਵਾਸਤੇ ਹੈ। ਸੋ ਇਤਨਾ ਹੀ ਕਹਿ ਕੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ, ਮੋਬਾਈਲ 94172-13988 94172-13988। ਸਿੰਘ ਸਾਹਿਬ ਸ਼੍ਰੀ ਕੇਸ਼ਗੜ੍ਹ ਸਾਹਿਬ ਸਾਡੇ ਨਾਲ ਨੇ, ਤੇ ਅੱਜ ਪੰਜਵੜ ਵਿਖੇ ਬਰਸੀ ਸਮਾਗਮ ਚ ਇੱਥੇ ਇਹਨਾਂ ਨੇ ਸੰਗਤਾਂ ਦਰਸ਼ਨ ਕੀਤੇ, ਗੱਲਬਾਤ ਕਰਾਂਗੇ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਵਿੱਚ ਸੰਤ ਬਾਬਾ ਕੁੰਦਨ ਸਿੰਘ ਜੀ ਹੋਰਾਂ ਦੀ ਅੱਜ 24ਵੀਂ ਬਰਸੀ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਉਹਨਾਂ ਤੋਂ ਬਾਅਦ ਉਹਨਾਂ ਦੇ ਸਪੁੱਤਰ ਬਾਬਾ ਸੁਲੱਖਣ ਸਿੰਘ ਜੀ ਪੰਜਵੜ ਵਾਲੇ ਉਹਨਾਂ ਦੀ ਬਰਸੀ ਹਰ ਸਾਲ ਹੀ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦੇ ਨੇ। ਸੰਤ ਮਹਾਂਪੁਰਸ਼ ਪਹੁੰਚਦੇ ਨੇ, ਸਿੰਘ ਸਾਹਿਬਾਨ ਪਹੁੰਚਦੇ ਨੇ, ਰਾਗੀ ਸਾਹਿਬਾਨ ਪਹੁੰਚਦੇ ਨੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪੰਜਵੜ ਵਿਖੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ, ਔਰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਣ ਵਾਸਤੇ ਅੰਮ੍ਰਿਤਪਾਨ ਕਰਵਾਇਆ ਜਾਂਦਾ, ਔਰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਇਆ ਜਾਂਦਾ। ਮਹਾਂਪੁਰਖ ਸੰਤ ਬਾਬਾ ਸੁਲੱਖਣ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਇਹਨਾਂ ਬਰਸੀ ਸਮਾਗਮਾਂ ਤੇ ਬਹੁਤ ਵੱਡਾ ਇਹ 3 ਦਿਨਾਂ ਗੁਰਮੁਖ ਸਮਾਗਮ ਕਰਕੇ ਤੇ ਸੰਗਤਾਂ ਨੂੰ ਗੁਰੂ ਲੜ ਲੱਗਣ ਦੀ ਪ੍ਰੇਰਨਾ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਸ਼੍ਰੀ ਕੇਸ਼ਗੜ੍ਹ ਸਾਹਿਬ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਜਤਿ ਜੈ ਦੇਵ ਦੇਵ ਸੰਤ ਪ੍ਰੇਮ ਜਤਿ ਜੈ ਦੇਵ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਜੀ ਸੰਗਤ। ਇਸ ਮੌਕੇ ਤੇ ਸਾਬਕਾ ਹੈੱਡ ਪ੍ਰਚਾਰਕ ਦਰਬਾਰ ਸਾਹਿਬ ਗਿਆਨੀ ਇਕਬਾਲ ਸਿੰਘ, ਹਲਕਾ MLA ਡਾਕਟਰ ਧਰਮਵੀਰ ਅਗਨੀਹੋਤਰੀ, ਪ੍ਰੋਫੈਸਰ ਤੇਜਾ ਸਿੰਘ ਅਲੀਗੜ੍ਹ ਆਦਿ ਦਾ ਉੱਥੇ ਪਹੁੰਚਣ ਤੇ ਸਰਪੰਚ ਗੁਲਾਬਵੀਰ ਸਿੰਘ ਅਤੇ ਦੀਦਾਰ ਸਿੰਘ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਸਾਡੇ ਨਾਲ ਨੇ ਡਾਕਟਰ ਅਗਨੀਹੋਤਰੀ, ਹਲਕਾ MLA। ਅੱਜ ਬਰਸੀ ਸਮਾਗਮ ਦੇ ਵਿੱਚ, ਧਾਰਮਿਕ ਸਮਾਗਮ ਦੇ ਵਿੱਚ ਆਪਣੇ ਹਾਜ਼ਰੀ ਲਵਾਉਣ ਆਏ ਨੇ ਤੇ ਗੱਲਬਾਤ ਕਰਾਂਗੇ MLA ਸਾਹਿਬ ਨਾਲ। ਅੱਜ ਅਸੀਂ ਸਾਡੇ ਇਲਾਕੇ ਦਾ ਪਵਿੱਤਰ ਸਥਾਨ ਗੁਰਦੁਆਰਾ ਸੰਤਸਰ ਸਾਹਿਬ ਦੇ ਵਿੱਚ ਇਸ ਵੇਲੇ ਤੁਹਾਡੇ ਨਾਲ ਬੈਠੇ ਹੋਏ ਹਾਂ ਔਰ ਬਾਬਾ ਕੁੰਦਨ ਸਿੰਘ ਜੀ ਦੀ 24ਵੀਂ ਬਰਸੀ ਅੱਜ ਇੱਥੇ ਮਨਾਈ ਜਾ ਰਹੀ ਹੈ ਔਰ ਬਾਬਾ ਸੁਲੱਖਣ ਸਿੰਘ ਜੀ ਜਿਹੜੇ ਕਿ ਹਰ ਸਾਲ ਹੀ ਹੈ ਆਪਣੇ ਪਿਤਾ ਦੀ ਯਾਦ ਵਿੱਚ ਬਰਸੀ ਮਨਾਉਂਦੇ ਨੇ ਔਰ ਉਹਨਾਂ ਦਾ ਬੇਟਾ ਗੁਲਾਬ ਜਿਹੜਾ ਕਿ ਇਸ ਪਿੰਡ ਦਾ ਸਰਪੰਚ ਵੀ ਆ ਬਹੁਤ ਵੱਡੇ ਸਮਾਜਿਕ ਸੇਵਾ ਕਰ ਰਹੇ ਨੇ ਔਰ ਮੈਂ ਨਹੀਂ ਸਮਝਿਆ ਵੀ ਇਹੋ ਜਿਹਾ ਪਰਿਵਾਰ ਜਿਹੜਾ ਕਿ ਆਪਣਾ ਸਾਰਾ ਕੁਛ ਸਮਾਜ ਦੇ ਲਈ, ਕੌਮ ਦੇ ਲਈ ਔਰ ਗਰੀਬ ਪਰਿਵਾਰਾਂ ਦੇ ਲਈ ਲਾ ਰਿਹਾ ਵਾ। ਮੈਂ ਤੇ ਵਾਹਿਗੁਰੂ ਕੀ ਅਰਦਾਸ ਕਰੂੰਗਾ ਕਿ ਪਰਿਵਾਰ ਨੂੰ ਹੋਰ ਸ਼ਕਤੀ ਦੇਵੇ, ਤਾਕਤ ਦੇਵੇ ਔਰ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰ ਸਕਣ। ਆਪਾਂ ਸਾਰਿਆਂ ਨੂੰ ਇਸ ਪਰਿਵਾਰ ਤੋਂ ਸਿੱਖਣਾ ਚਾਹੀਦਾ ਵਾ, ਇਹ ਨਹੀਂ ਵੀ ਆਪਾਂ ਕਮਾਈ ਕਰੀਏ ਤੇ ਉਹਨੂੰ ਜਮ੍ਹਾਂ ਕਰਦੇ ਰਹੀਏ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਰੱਖਿਆ ਵੀ ਉਹਦਾ ਜਿਹੜਾ ਦਸਵੰਧ ਕੱਢ ਕੇ ਸਮਾਜ ਦੀ ਸੇਵਾ ਲਈ ਲਾਉਣਾ ਚਾਹੀਦਾ। ਸਾਨੂੰ ਸਾਰੇ ਉਹ ਜਿਹੜੇ ਗਰੀਬ ਪਰਿਵਾਰ ਨੇ, ਬੱਚੇ ਜਿਹੜੇ ਪੜ੍ਹ ਨਹੀਂ ਸਕਦੇ, ਜਿਨ੍ਹਾਂ ਦੇ ਰਾਤ ਨੂੰ ਖਾਣਾ ਨਹੀਂ ਖਾ ਸਕਦੇ, ਕੱਪੜੇ ਨਹੀਂ ਪਾ ਸਕਦੇ, ਉਹਨਾਂ ਦੀ ਸੇਵਾ ਕਰਨੀ ਚਾਹੀਦੀ। ਗੁਲਾਬਵੀਰ ਸਿੰਘ, ਇਸ ਪਿੰਡ ਦੇ ਸਰਪੰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਬਾਬਾ ਕੁੰਦਨ ਸਿੰਘ ਜੀ ਦੀ 24ਵੀਂ ਬਰਸੀ ਦੇ ਸੰਬੰਧ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਮੁਖੀ ਸੰਤ ਬਾਬਾ ਸੁਲੱਖਣ ਸਿੰਘ ਜੀ ਦੇ ਦੇਖ ਰੇਖ ਦੇ ਮੁਤਾਬਿਕ ਪ੍ਰੋਗਰਾਮ ਚੱਲ ਰਿਹਾ ਨੇ। ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ। ਕਬੱਡੀ ਦਾ ਕੱਪ ਕਰਵਾਇਆ ਜਾਏਗਾ ਤੇ ਪਹਿਲੀ ਟੀਮ ਜੇਤੂ ਨੂੰ 40,000 ਦਾ ਇਨਾਮ ਤੇ ਦੂਜੀ ਟੀਮ ਨੂੰ 35,000 ਦਾ ਇਨਾਮ ਨਾਲ ਨਵਾਜਿਆ ਜਾਏਗਾ। ਇਹ ਸਨ ਗੁਲਾਬਵੀਰ ਸਿੰਘ, ਸਰਪੰਚ ਪੰਜਵੜ ਪਿੰਡ। ਇਹਨਾਂ ਨੇ ਤੁਹਾਡਾ ਵਿਚਾਰ ਸਾਂਝੇ ਕੀਤੇ। ਮੈਂ ਪ੍ਰਵੀਨ ਸ਼ਰਮਾ, ਪ੍ਰੋਗਰਾਮ ਪ੍ਰੋਡਿਊਸਰ, ਖਿਸ਼ੂ ਪੰਜਾਬ ਦੀ DD ਪੰਜਾਬੀ ਦੂਰਦਰਸ਼ਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਕਰਦਾ। ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। Thank you.
ਜਤੀ ਜੇ ਦੇਵ ਸੰਤ ਪ੍ਰੇਮ ਜਤੀ ਜੇ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਜਤੀ ਜੇ ਦੇਵ ਸੰਤ ਪ੍ਰੇਮ ਜਤੀ ਜੇ ਦੇਵ ਸੰਤ ਜੀ ਸੰਗਤ ਸੰਤ ਕਥਾ ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਮੋਬਾਈਲ 94172-13988 94172-13988 ਉਪਰੰਤ ਕਬੱਡੀ ਕੱਪ ਵੀ ਕਰਵਾਇਆ ਗਿਆ ਜਿਸ ਵਿਚ 65 ਸਾਲਾ ਗੁਰਦਾਸਪੁਰ ਦੀ ਟੀਮ ਨੇ ਅੰਮ੍ਰਿਤਸਰ ਨੂੰ ਹਰਾਇਆ ਜਦਕਿ ਕਬੱਡੀ ਕੱਪ ਵਿਚ ਅੰਮ੍ਰਿਤਸਰ 37 ਅੰਕ ਲੈ ਕੇ ਗੁਰਦਾਸਪੁਰ ਦੀ ਟੀਮ ਨੂੰ 37-26 ਦੇ ਫਰਕ ਨਾਲ ਹਰਾਇਆ
ਦੀਦਾਰ ਸਿੰਘ ਅਤੇ ਸਰਪੰਚ ਗੁਲਾਬਵੀਰ ਸਿੰਘ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪ੍ਰਬੰਧ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ। ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਮੋਬਾਈਲ 94172-13988 94172-13988।